يا محمد يا علي يا علي يا حسن يا حسن يا حسين يا حسين يا بيبي فاطمة زهراء سلام الله عليها وي رت اكبر دي شادي دي پیو ویکھیا نہیں پر ناکے آیا ودا وچ مقتل دیں مومن رودا بہو سونا پتر آواز تا کھول کے بھی آواز کھول میں صدقے تھی ونجا میں قربان تھی ونجا وچ مقتل دیں رودا مومن بہو سونا پتر بسم اللہ بسم اللہ بسم اللہ بسم اللہ امیر بن ہے جرا حسین بھیل ایک بار کو نہیں رو روے تے بہن روے میرا دور دا کوئی نہیں وی پر گال تے کو رسے ونجا کربلا دے وڈے نقصان دا نا علی اکبر بزرگ دا کرا تے اونے ان دا کرو جڑا غریب دے مجلے شروع کرے کرو یا بی بی سگرا دا وی چھوڑا پڑا کرو یا حسین علی اکبر میرا دور تک کوئی نہیں پڑھتا میں علی اکبر پیا امیر نہ بنے او شہزادہ جدی شہادت بعد پھپیاں پتھراں دا ماتم کے ہاوی رت اکبر دے شادی دی پیو ویکھیا نہیں پر نا کے ودا وچ مقتل دیاں اے روندا مومنا بہو سونا پتر آمیر پیر بسم اللہ کر میں بسم اللہ وچ مقتل دے روندا او مسجد کے تھی ونجا بہو سونا پتر میرا اللہ جرا جوان علی اکبر کو بیٹھ رونے شالا انہاں دی زندگی آون اے سر پاون بیڑا پلو بدل اکبر کو تا سانگ کھا بڑا تو امیر بیٹھے میں کو کوئی پتہ کوئی تو کے دی جا کرے سننا میں آدھا پیا ودا وچ مقتل دے روندا بہو سونا پتر خون پوجے سینے تو حسرت دید بھوا کے حیاتی پیو جو آئی نبدی جو نازی کدی منہ چمنا ہے کدی گل چمنا ہے ہاتھ بھنی ہوئی سام سیدہ دل والیاں تیاریاں نہ کریں وہ میرا نانے دیا شکل آوا بچڑا وہ اکبر آوا میں تک اوپر ناوا اللہ تک پوتر رہا وہ میں تیرے بچڑے کھڑا ہوا وہ والیاں تیاریاں جگی دیا لی اللہ مان اللہ مان پیو جو آئی نبدی جو نازی کدی منہ چمدا ہے کدی گل چمدا ہے ہاتھ بھنی ہوئی شان سید زندگی ہوئے بانی بسم اللہ اچھا جے دوشی ہے تما اچانک حسین علی اکبر پردہ پیا اج ایک مہربانی تا کرو چا کرو چا مہربانی میں ایک ڈکا وین پردہ پیا رول نہ وی تا ہے کر چا ڈکا وین جی میں بسم اللہ کراں جڈا ساگ لگی علی اکبر کو او مینار کزا دے ڈھائے گئے
ਲੱਖ ਦਾ ਮਜਮਾ ਹੱਸਦਾ ਪਿਓ ਪੁੱਤਰ ਗੁਲੇਦਾ ਆਦਾ ਵਾਦਾ ਮੈਂ ਕੋ ਜਵਾਬ ਦੇ ਉਹ ਮੈਂ ਤੇਰਾ ਬੁੜਣਾ ਪਿਓ ਜ਼ਿੰਦਗੀ ਤੇਰੀ ਜ਼ਿੰਦਗੀ ਹੋਵੇ ਤੂੰ ਤਾਂ ਹੀ ਨਾ ਬੈਠਾ ਰੋਣਾ ਹੈ ਜਿਵੇਂ ਬੁੱਢੀ ਮਾਂ ਜਵਾਨ ਦੀ ਲਾਸ਼ ਤੇ ਵੈਣ ਕਰੇਂਦੀ ਹੈ ਲਾਉ ਲੱਖਦਾ ਮਜਮਾ ਹੱਸਦਾ ਪਿਓ ਪੁੱਤਰ ਗੁਲੇਂਦਾ ਐਵੇਂ ਹੱਥ ਖੋਲੋ ਨਾ ਝੋਲੀ ਫੈਲਾਵਾਂ ਸਾਰੇ 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 ਫੈਲਾਓ ਚੋ ਰੋਂਦਿਓ ਅੱਖੀ ਦੇ ਨਾਲ ਦੁਆ ਮੰਗੀ ਕਰ ਸ਼ਾਲਾ ਬੁੜੜੇ ਪਿਓ ਦਾ ਜਵਾਨ ਪੁੱਤਰ ਨਾ ਮਰੇ ਤੁਹਾਡੀ ਹੈ ਨੀ ਨਿਕਲੀ ਯਾਰ ਅੱਲਾ ਨਾ ਕਰੇ ਜੇ ਤਕਦੀਰ ਦਾ ਪਰ ਲੱਗ ਪੋਵੇ ਰੋਣ ਵਾਲਾ ਪੁੱਤਰ ਰੋਣ ਵਾਲਾ ਮੋਮਿਨਾ ਜੇ ਜਵਾਨ ਮਰਦਾ ਪਿਓ ਹੈ ਤਾਂ ਦੁਆ ਮੰਗੀ ਕਰ ਮਰਦੇ ਲੈ ਜਵਾਨ ਪੁੱਤਰ ਬੁੱਢੜੇ ਪਿਓ ਤੂੰ ਕੋਈ ਸ਼ਾ ਨਾ ਮੰਗੇ ਅਕਬਰ ਤੋਂ ਬਰਜੀ ਲੱਗੀ ਹੋਈ ਇਹੀ ਰੋ ਗਿਆ ਤੇ ਬਾਬਾ ਮੈਂ ਕੁਝ ਮੰਗਾ ਮੈਨੂੰ ਖਾਲੀ ਤਾਂ ਨਾ ਬੋਲੇ ਤੂੰ ਤਾਂ ਥੱਕ ਪਿਆ ਸਹੀ ਆਦਾ ਦੇ ਅਕਬਰ ਅੱਲਾ ਪਾਣੀ ਨਾ ਮੰਗਦਾ ਬਾਬਾ ਮਿਹਰਬਾਨੀ ਕਰੇ ਬਾਬਾ ਮੈਂ ਕੋ ਨਿਖੜੀ ਹੋਈ ਭੈਣ ਮੈਂ ਅੱਛਾ ਬਿਲਕੁਲ ਮੋਮੈਂ ਨੇ ਔਖਾ ਸਵਾਲ ਕੀਤਾ ਸੀ ਰੋ ਕੇ ਆਖਾ ਸੀ ਅਕਬਰ ਜਾ ਕੇ ਭੈਣ ਮਿਲਾ ਬੁੱਢੜੇ ਪਿਓ ਮਿਲਾਈਏ ਇਮਾਮ ਦੋ ਮਿਲਾ ਤਾਂ ਸਕਦਾ ਹੈ ਨਾ ਮਿਲਾ ਹੀ ਸੀ ਆਓ ਮੇਰੇ ਦੇਖੋ ਸਯਦ ਦੇ ਆਵੋ ਮੇਰੀਆਂ ਉਂਗਲੀਆਂ ਦੇ ਦਰਮਿਆਨ ਦੇਖ ਅਕਬਰ ਆਦੇ ਬਾਬਾ ਜੀ ਮੈਂ ਤਾਲੇ ਲਾ ਕੇ ਆਇਆ ਸੀ ਨਾ ਉਹ ਤਾਂ ਮੈਂ ਲੱਗੇ ਹੁਣ ਭੈਣ ਤਾਂ ਮੇਰੀ ਕੋਈ ਨਹੀਂ ਪਰ ਮੈਂ ਬਿਸਮਿਲਾ ਕਰਾਂ ਪਰ ਮੈਂ ਨਾਨੇ ਦੇ ਰੋਗ ਤੇਰੇ ਮੱਥਾ ਚਰਾਗ ਬਾਲਣ ਗਈ ਹੋ ਅਕਬਰ ਡਿੱਡੇ ਰੋ ਗਿਆ ਦੇ ਬਾਬਾ ਮੇਰੇ ਨਾਨੇ ਨੇ ਰੋਜ਼ਾ ਚੋਟੀ ਤੂੰ ਐਰੋ ਤੇ ਅੱਲਾ ਵੀ ਹੈ ਵਾ ਬਾਬਾ ਮੇਰੀ ਭੈਣ ਕੋਈ ਨਹੀਂ ਨਸਰ ਵਾ ਆਪਣੇ ਆਪ ਖੁਸ਼ੀ ਆ ਜੇ ਤੇ ਕੋ ਹੈ ਨਹੀਂ ਆਂਦੀ ਜ਼ਯਦ ਅਲ ਉੱਥਾਂ ਦੇ ਜਿੱਤਾ ਟੁੱਟਦੇ ਲੈ ਪੇਰ ਲਾ ਕੇ ਜਨਾ ਅਲੀ ਅਕਬਰ ਡਿੱਡੇ ਤੋੜੇ ਬਰਜੀ ਲੱਗੀ ਬਈ ਅਲੀ ਅਕਬਰ ਉੱਠੀ ਬੈਠੇ ਬਜ਼ੁਰਗ ਪਰਦਰਾਨ ਅਕਬਰ ਨੇ ਰੋ ਕੇ ਆਦੇ ਹੱਥ ਰੋ ਮੁਸ਼ਕਲ ਨਾਲ ਸੁਣਾਤੀ ਲਗ ਨਾਲ ਦਿਵਾਰ ਦੇ ਬੈਠੀਏ ਅਸਗਰ ਦਾ ਚੋਲਾ ਆਦਿ ਬੈਠੇ ਤੂੰ ਤਾਂ ਮਿਲਵਨੇ ਉਹ ਮੇਰਾ ਸੋਹਣਾ ਵੀਰ ਬੀਬੀਆਂ ਦੇ ਸਾਰੇ ਟੁਰ ਪਾਇਓ ਖਰ ਖਰ ਹੌਸਲਾ 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 ਮੌਲਾ ਜ਼ਿੰਦਗੀ ਕਰੇ ਸ਼ਾਲਾ ਧੀਆਂ ਦੇ ਬੁਰਕੇ ਹੋਏ ਸ਼ਾਲਾ ਜਵਾਨਾਂ ਦੀ ਜ਼ਿੰਦਗੀ ਹੋਏ ਜਵਾਨ ਦੀ ਮੌਤ ਦਾ ਸਾਹਿਬ ਨਾ ਹੁਸੈਨ ਦਾ ਕੰਮ ਹੈ ਅਲੀ ਅਕਬਰ ਜੀ ਜਵਾਨ ਦੀ ਮੌਤ ਬਰਦਾਸ਼ਤ ਕਰਨਾ ਇਹ ਹੁਸੈਨ ਦਾ ਕੰਮ ਹੈ ਭਾਈ ਹਾਏ ਮੈਂ ਸਦਕੇ ਥੀ ਵਾਂ ਕੋਹਾ ਇਹੀ ਸੀ ਚਾ ਇਹੀ ਸੀ ਤੇਰੀ ਹੈ ਕਿਉਂ ਨਹੀਂ ਨਿਕਲੀ ਇੱਥਾਂ ਤੋਂ ਹਾਜ਼ਰ ਕੋਈ ਨਹੀਂ ਤੇ ਕੋ ਤਾਂ ਹੈ ਕਰਨੀ ਚਾਹੀਦੀ ਹੈ ਗਾਲ ਅਚਾਨਕ ਮੇਰੇ ਮੂੰਹ 'ਚ ਵੱਡੀ ਨਿਕਲੀ ਗਈ ਹੈ ਮੈਂ ਕੋਹਾ ਇਹ ਹਿੱਸੀ ਚਾਹੀ ਅਲਾ ਪਵੋ ਅੱਛਾ ਤੈਂ ਜੋ ਨਹੀਂ ਅਲਾਇਆ ਤੇ ਤੈਂ ਹੈ ਨਹੀਂ ਕੀਤੀ ਸੌਖਾ ਚਾਹੇ ਹਾਏ ਮੈਂ ਸਦਕੇ ਤੀ ਉਹਨੇ ਔਖਾ ਚਾਹਿਆ ਸੀ ਇੱਕ ਗਾਲ ਕੀਤੀ ਸੀ ਰੋ ਕੇ ਆਖਾ ਸੀ ਇੱਕ ਤਾਂ ਮੈਂ ਕੋ ਹੌਸਲੇ ਦੇਂਦਾ ਜ਼ਰੂਰ ਕਹਿਆ ਕਿ ਇਮਾਮ ਹੁਸੈਨ ਕਹਿ ਕਾ ਕੇ ਸਲੀ ਅਕਬਰ ਕੋ ਮੈਂ ਬੁੱਢੜਾ
ਮੈਂ ਸਦਕੇ ਤਿਉਂਆ ਮੈਂ ਬੁੱਢੜਾ ਤੂੰ ਜਵਾਨ ਏ ਰੁੱਤ ਤੇਰੀ ਸ਼ਾਦੀ ਦੀ ਏ ਜਵਾਨੀ ਚੜ੍ਹੇ ਤੇ ਸਾਂਗ ਲੱਗ ਗਈ ਏ ਇੱਕ ਤੇ ਦੂਵੇਂ ਬਾਹਾਂ ਮੇਰੇ ਗੱਲ ਬਾਪਾ ਚਾਹ ਤੇ ਮੇਰੇ ਨਾਲ ਗੱਲ ਨਹੀਂ ਕਰੇਂਦਾ ਜੁਰ ਕਿਉਂ ਫਰਮਾਇਆ ਵਾਅਦਾ ਕਰ ਆਇਆ ਮੈਂ ਜੀਂਦਾ ਮਿਲੇ ਉਹ ਤੁਹਾਰੇ ਜਵਾਨਾਂ ਦੀ ਜ਼ਿੰਦਗੀ ਹੋਵੇ ਉਹ ਸ਼ਾਲਾ ਤੁਹਾਰੇ ਬਚੜੇ ਜਿਵੇਂ ਨਮਾਜ਼ੀ ਬਾਬਾ ਜ਼ਿੰਦਗੀ ਹੋਵੇ ਮੈਂ ਇਮਾਮ ਹੁਸੈਨ ਅਸਲਾਮ ਦਾ ਜ਼ਾਕਿਰ ਹਾਂ ਤਮਾਮ ਜ਼ਾਕਿਰੀਨ ਦੇ ਜੁੱਤੀਆਂ ਜੋੜ ਗੁਲਾਮ ਹਾਂ ਹੈ ਮੈਂ ਸਦਕੇ ਥੀ ਵਾਂ ਕੁਰਬਾਨ ਥੀ ਵਾਂ ਅੱਲਾਹ ਅਲੇ ਮੁਹੰਮਦ ਅਕਵਸਤਾ ਰੱਖੇ ਮਜਮਾ ਪੂਰਾ ਕਰਨ ਵਾਸਤੇ ਮੈਂ ਦੋ ਬੰਦ ਪੜ੍ਹੇ ਮੈਂ ਇੱਕ ਸਾਲ ਦੀ ਮਿਹਨਤ ਹੁੰਦੀ ਹੈ ਬਾਣੀ ਆਉਂਦੀ ਅਤੇ ਸ਼ਾਹ ਸਾਹਿਬ ਹਰ ਸਾਲ ਆਉਂਦੇ ਹਨ ਅਤੇ ਮਜਲਿਸ ਮੇਰੇ ਕੋਲ ਰਹਿ ਵੈਂਦੀ ਆਈ ਮੈਂ ਛੋਰਾਂ ਕਹਾ ਕੇ ਮੈਂ ਕਿ ਬੱਚੇ ਦਫ਼ਾ ਹਾਜ਼ਰੀ ਦੇਵੋ ਸਹੀ ਆ ਦਿਉਂਦਾ ਦਿਲ ਨਾ ਦੁੱਖੇ ਮਾਂ ਹੁਸੈਨ ਦੇ ਤੁਸੀਂ ਸਾਰਿਆਂ ਦੀ ਜ਼ਿੰਦਗੀ ਕਰੇ ਅੱਲਾਹ ਅਲੇ ਮੁਹੰਮਦ ਤਮਾਮ ਨੂੰ ਕਿਸੇ ਦਾ ਮੋਹਤਾਜ ਨਹੀਂ ਮੈਂ ਲਾਲ ਇੱਕ ਦੁਆ ਮੰਗਦਾ ਪਈ ਹਾਂ ਆਮੀਨ ਜ਼ਰੂਰ ਰੱਖਿਆ ਚਾ ਇਹ ਜਿਤਨੇ ਹਾਜ਼ਰ ਬੈਠੋ ਨਾ ਤਮਾਮ ਅਜ਼ਾਦਾਰਾਂ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਅੱਲਾਹ ਅਲੇ ਮੁਹੰਮਦ ਤੋਂ ਕਵਸਲਾ ਰੱਖੇ ਤੁਹਾਡੇ ਘਰਾਂ ਦੀ ਖੈਰ ਹੋਵੇ ਤੁਹਾਡੀ ਔਲਾਦ ਨੇਕ ਹੋਵੇ ਸ਼ਾਲਾ ਧੀਆਂ ਦੇ ਮੁਕੱਦਰ ਚੰਗੇ ਹੋਣ ਮੈਂ ਬਿਸਮਿਲਾ ਕਰ ਮੈਂ ਬਿਸਮਿਲਾ ਕਰ ਖੈਰ ਹੋਵੇ ਸੈਯਦ ਬਾਦਸ਼ਾਹ ਕਾਇਨਾਤ ਦਾ ਖਾਲਿਕ ਮਾਲਿਕ ਮੈਂ ਨਾਚੀ ਸਮੇਤ ਤਮਾਮ ਜ਼ਾਕਰੀਨ ਦੇ ਸਫ਼ਰ ਬੇਖਤਰ ਮੁਲਕ ਪਾਕਿਸਤਾਨ ਦਾ ਇੱਕ ਅਨੋਖਾ ਜਿਹਾ ਨਾਮ ਬਹੁਤ ਬੜਾ ਨਾਮ ਅੱਲਾਹ ਅਲੇ ਮੁਹੰਮਦ ਜ਼ਿੰਦਗੀ ਕਰੇ ਜਨਾਬ ਸੈਯਦ ਜ਼ੁਰੀਅਤ ਇਮਰਾਨ ਸ਼ਾਹ ਸਾਹਿਬ ਤਸ਼ਰੀਫ ਰੱਖਦੇ ਹਨ ਅਤੇ ਮੈਂ ਕੁਝ ਜਲਦੀ ਆਈ ਇੱਕ ਫੋਤ ਕੀ ਆਈ ਹਵੇਲੀ ਬਹਾਦਰ ਸ਼ਾਹ ਮੈਂ ਉੱਥੋਂ ਪਹੁੰਚਣਾ ਸੀ ਜਨਾਜ਼ੇ 'ਤੇ ਬਰਕੇਫ ਸ਼ਾਹ ਸਾਹਿਬ ਦੀ ਜ਼ਿੰਦਗੀ ਹੋਵੇ ਮੈਨੂੰ ਖੜਾ ਕਰ ਦਿੱਤਾ ਮੇਰੇ ਬਾਅਦ ਮੇਰੇ ਮੁਰਸ਼ਿਦ ਪੜ੍ਹਨਾ ਹੁਣ ਮੇਰਾ ਦਿਲ ਚਾਹੁੰਦਾ ਵੀ ਇੱਕ ਤਾਂ ਤੁਹਾਡੀ ਥਕਾਨ ਦੂਰ ਚ ਕਰੂੰ ਇਵੇਂ ਹਿਕੜੂ ਕਸੀਦਾ ਚ ਪੜੂੰ ਤੁਸਾਂ ਮੇਰੇ ਹੱਕੀ ਦੁਆ ਮੈਂ ਤੁਹਾਡੇ ਹੱਕੀ ਦੁਆ ਅੱਛਾ ਬਾਈ ਯਾਲ ਕੋਸ਼ਿਸ਼ ਕੀਤੀ ਕਰੋ ਕੋਈ ਮੂਮੈਂਟ ਜੋ ਨਾਰਾ ਲਵਾਵੇ ਨਾ ਬਸ ਸਾਰੇ ਬਾਹਰ ਚਾੜ ਕੇ ਉੱਚਾ ਹੱਥ ਕਰਕੇ ਨਾਰੇ ਦਾ ਜਵਾਬ ਦਿੱਤਾ ਕਰੋ ਉਹਦਾ ਫਾਇਦਾ ਤੁਹਾਡੇ ਆਪਣੇ ਖੈਰ ਮੁਰਸ਼ਿਦ ਸਹੀ ਆ ਠੀਕ ਹੈ ਬੋਲਾ ਜੀ ਬੋਲਾ ਬਸ ਯਾ ਹੁਸੈਨ ਯਾਲ 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 ਕਿਆ ਬਾਤ ਮੈਂ ਜੰਨਤ ਨਹੀਂ ਗਿਣਦਾ ਮੈਂ ਕੋ ਕਰ ਬਲਾ ਦੇ ਹਾਂ ਮੇਰਾ ਬੱਚਾ ਮੈਂ ਇੱਕ ਪਿਛਲਾ ਸੈਟਅਪ ਕਰ ਲੈਣਾ ਆਪਣੇ ਕਾਰ ਨਹੀਂ ਇਹ ਸਰਕਾਰ ਦੇ ਅਲਮ ਤੇ ਹੱਥ ਤੇ ਬੇੜਾ ਇਮਾਮ ਹੁਸੈਨ ਦਾ ਦਾਦਾਰਾ ਮੈਂ ਮੁਸਾਫਰ ਜੀ ਨੂੰ ਪੁਰਸਾ ਦੇਵਣ ਵਾਸਤੇ ਜਾਉਣੇ ਮੇਰੇ ਨਾਮ ਤੇ ਇੱਕ ਟੱਕਾ ਹਰਾਮ ਜ਼ਿਆਰਾ ਹਰਾਮ ਸੀ ਉਹ ਬੰਦਾ ਜਦੀਦ ਕਮੀਨੇ ਦੇ ਨਾਲ ਓ ਜਲਦੀ ਬਾਬੂ ਜਲਦੀ ਭਾਈ ਮਦਦ ਕਰੋ ਭਾਈ ਮਦਦ ਕਰੋ ਭਾਈ ਮੂਮੈਂਟ ਦੀ ਵੀ ਮਦਦ ਕਰੋ ਭਾਈ ਅੱਛਾ ਮੌਲਾ ਜ਼ਿੰਦਗੀ ਕਰੀ ਟੁਰ ਪੋ ਸਾਰੇ ਮਦਦ ਕਰੋ ਚਾ ਭਾਈ ਹਾਂ ਭਾਈ ਸਲਵਾਤ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦੀ ਅਜ਼ਮਤ ਤੇ ਬਾਵਾਜ਼ੇ ਬੁਲੰਦ ਪੜ ਵਾਹ ਭਾਈ ਬਹੁ ਬਹੁ ਸੋਹਣੀ ਸਲਵਾਤ ਪੜੀ ਬਾਈ ਕਿਆ ਬਾਤ ਹੈ ਭਾਈ ਸਵੇਰ ਨਾਲ ਤੁਹਾਡੀ ਇਹ ਹਾਲਾਤ ਦੀਗੇਰੇ ਲੈ ਕੇ ਕਰੇ ਸੋ ਅੱਛਾ ਭਾਈ ਅੱਛਾ ਸਾਰੇ ਸ਼ੀਆ ਉਹ ਮਵਾਲੀਆਂ ਨੇ ਹੈਦਰ ਕਰਾਰ ਉਹ ਸਾਰੇ ਹੁਸੈਨੀ ਬੈਠੇ ਹਾਂ ਬਾਬਾ ਜਨਾਬ ਦੇ ਜ਼ਿਹਨਾਂ ਦੇ ਵਿੱਚ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦੀ ਜਿਤਨੀ ਜਿਤਨੀ ਅਜ਼ਮਤ ਬੁਲੰਦ ਹੈ ਉਤਨੀ ਬੁਲੰਦ ਸਲਵਾਤ ਹੋ ਸਕਦੀ ਹੈ ਪਹਿਲਾ ਕਸੀਦਾ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦਾ ਪੜ੍ਹਨਾ ਚਾਹੁੰਦਾ ਮੇਰੇ ਡੇਕ ਭਾਈ ਮੇਰੇ ਡੇਕ ਭਾਈ ਸਜੇ ਖਬਰ ਨਹੀਂ ਦੇਖਣਾ ਮੇਰੇ ਡੇਕ ਸੋ ਭਾਈ ਹਾਂ ਭਾਈ ਪਹਿਲਾ ਕਸੀਦਾ ਕਹਿੰਦੇ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦਾ ਸ਼ੁਕਰ ਹੈ ਜੋ ਮਜਮੇ ਚੁੱਪ ਹੈ ਕਿਆ ਹੈ ਹਾਂ ਮੈਂ ਕੋ ਤੁਹਾਡੀ ਚੁੱਪ ਦੀ ਲੋੜ ਹੈ ਜੀ ਹਾਂ ਚੁੱਪ ਹੋ ਸੀ ਤਾਂ ਗੱਲ ਦੀ ਸਮਝ ਆ ਸੀ ਮੈਂ ਗੁਲਜ਼ਾਰ ਪੀਰ ਸੁਣਾਵਾਂ ਜੀ ਕਸੀਦਾ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦਾ ਕਸੀਦਾ ਸੋਹਣਾ ਕਰਕੇ ਮਿੱਠਾ ਕਰਕੇ ਸੁਣੋ ਭਾਈ
جو ہے جہان سے آلا وہ گھر حسین کا ہے, الحمدللہ رب العالمین. زندگی آمین. یہ دو چار مومنہ ہاتھ کھڑا نہیں کیتا کہ نہیں ہاتھ سٹ آئے ہو. میں بسم اللہ کراں, زندگی ہوئے دوبارہ پردہ پیاں. جو ہے جان سے آلہ وہ گھر حسین کا ہے, جو ہے جان سے آلہ وہ گھر حسین کا ہے, جو ہے جان سے آلہ وہ گھر حسین سر حسین کا ہے. کوشش کیتی کرو بھائی, نعرے دا جواب دیتا کرو, تھکا تھکا نعرہ نہ مارا کرو بھائی, ثواب ہے بھائی. ایک دفعہ ہاتھ بلند کر کے بڑا سارا نعرہ ہے دری الحمدللہ رب العالمین. تارے چہرے دیا تختیاں نے سنین بے سارے مومنو الاپ ہو, سارے موالیاں حیدر قرار ہو, سارے حسینی ہو. میں امام حسین علیہ السلام دا معجزہ جناب دے حوالے کرن دا پیاں, کیڑا وڈا معجزہ نمائے حضرت امام حسین ستر پیش کردا پیاں. سنا بھائی, جہاں کو فیش پہ اللہ دکھا دیا اس نے تواڈے پاسے نعرہ تے یا پہ بندی ہے, الحمدللہ رب العالمین. شکریہ مجمع, زندہ باد مجمع. جیرے بولے تو سیں زندہ باد, جیرے نہیں بولے وہی زندہ باد. بڑے خوش تھی گئے. میں بھی راضی ہوں, سچی گال کریں دا پیاں. ہاں ہاں میں بھائی, جیرا بولیں دا بیٹھے وہ زندہ باد, جیرا نہیں بیٹھے بولیں دا وہ زندہ باد. اچھا وہ زندہ باد کیوں ہے؟ میں نے سنا یہ مجلس امام حسین علیہ السلام, اللہ دی قسم ہی تھا سا گرنے بعد ہوں تو حل پو. ہوں تاری سویر سویر ابونی چنگی تھی پی ہے, ہوں تو نعرے نہ مارے میں تو کول لگا سیں. ہاں سارے بولو بھائی نعرہ ہے دری. جرا شیعہ بیٹھا ہاتھ بلند کر کے حسینیت, اچا بولو حسینیت, زندہ باد یزیدیت, مرد باد یزیدیت. میں حسینیت زندہ باد دا نعرہ کیوں لگوایا ہے؟ حسینیت زندہ باد ہے, یزیدیت مرد باد دا نعرہ کیوں لگوائے میں؟ یزیدیت مرد باد ہے تیراسی. پر میں ونڈ کرنا چاہنا گل وڈی حوالے کریں دا پیاں. سنا بھائی, حسین ہو میں وہ ڈر حسین کا ہے,
سارے بولو نارا شاباش 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 اے تیرے نعرے دی کرامت تے تے میں کو چار سترا یاد آ گئے جیرا بندے نے چار سترا تے بلیندا بلیندا شام تے نہیں وی میں بسم اللہ کراں سترا وڈی ہیں مجمع وڈے بانی وڈے سید وڈے مولا زندگی کرے ماں حسنین شریف ہیں دی تواری زندگی کرے تارے گھر وسے رہن تواری اولاد نیک ہو کائنات دا خالق مالک تمام دی زندگی کرے میں حدا پیاں قرآن ہے نماز اقامت حسین ہے اوے حال پو وہ تھوڑے جا یار میں صدقے میں صدقے میں بسم اللہ کراں میں حدا پیاں قرآن ہے نماز اقامت حسین ہے قرآن کی صفوں پہ امامت حسین ہے وعدے تیرے لبوں پہ قرات قرآن روز و شب لیکن قرآن کے لبوں پہ تلاوت حسین ہے جڑا ساری زندگی نے بولا او بندہ سر چاوے جگ والے پاسے ویکھے تے گل وڈیے سائیں دی موجودگی ستا جناب دے حوالے کریندا پیاں ایندا تو وقت شیر میرے کنے ہے کو نہ جناب میں پڑھا تے تو بولے آخری شیر حوالے کریندا پیاں سنا بھائی بدن بغیر جو بولے کدھر حسین کا ہے کوئی نہ سمجھے گا رتبہ کدھر حسین کا ہے جو کٹ کے بھی نہیں جھکتا وہ سر حسین کا ہے بھائی کیا بات ہے اللہ دی قسم ہے تو کو سلام ہے تواری عقیدت کو سلام تواری محبت کو سلام تواری واہ واہ کو سلام میں بسم اللہ کراں اے پڑھ دے گے اچھا صلوات پڑھو سارا کو دی نعت نہیں پڑھ دے نعت نعت ٹھڈی ٹھڈی پڑھو چا ہن کیڑی ٹینشن دادا دیاں یارا کھول نویں جنات کر میٹھے مدی میں سونی سونی کر کے پڑھو نہیں دے دے داد نہ دے میں انہ کوئی کھانے والے ویچنی ہے اچھا بھائی ٹھیک ہے اچھا بھائی گال ہی میں ہے میٹھے مدنی دی عظمت پڑھنا چاہنا حسنین شریفین دی پاک نانے دی شان سن گن سو سونی جی کر کے پڑھنا جھیڑا نہیں لاؤنا بھائی قصیدہ جھیڑا نہیں ناتا جھیڑا نہیں سونا جا کر کے پڑھنا چاہنا سنا وا سنو امکان کا آقا ہے امکان سے پہلے ہے 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 کان جو نبیوں کے سلطان سے پہلے ہن بولے وے تو حق ادا کر چھوڑے تو میں تارے راضی ہو گیا بھائی مجمع زندہ باد پورا پنڈال زندہ باد سنی تے شیعہ بھائی زندہ باد تمام صاحبان دی زندگی ہوئے بزرگاں دا سایہ قائم ہوئے جواناں دی زندگی ہوئے بزرگ داد نہ بزرگ کرن دے رن دعاواں جوان دے دے رن داد لیکن ایتھے کوئی او پٹھا سلسلہ بے ایتھے بزرگ داد رن جوان صحیح کرن نہ مرشد 70 وڈی چنگی ہے
سارے خیر خواہ بادشاہ سید بادشاہ ہیں تیری زندگی ہے ٹھیک ہے اے حفدار قریشی صاحب مولا زندگی کرنے ملک پاکستان کا بہت بڑا نام ہے انہوں نے بھائی انہوں نے جوان ڈال ڈا چوکا کھا دی بیٹھے اچھا میں بسم اللہ کرنا سائیں ستار مجھے میں کتا خیر میں پہلے سنے دا کھلوتا ہوں بالخصوص سونے محمد مصطفیٰ دی اس سطرہ جناب دی جھولی تک منتقل کرنا چاہوں تو سمیرے دعا حاکج کر سونا میں پورا سندھ تو ہند تے پرسا لاؤ سار جاوے بندہ جیرا شیعہ تا شیعہ دا گھر جمائے مٹھے مدنی دی شان سن کے بولے اندھا انشاءاللہ کڑھائی نہ بولے بھائی سونے محمد مصطفیٰ دی عظمہ جناب دھوالے کرنے دے بھائیان میرا پیارا نبی میرا سونا نبی مٹھا مدنی تیرا ہی گھرانا تو بخشش کا سفینہ بولے وے ہن تسا حق ادا کیتے بھائی ہن پتہ لگدا پے مجرے شروع ہے بھائی سارے بولو ہائے دری دوبارہ پڑھدا پیا سنا بھائی تیرا ہی گھرانا تو بخشش کا سفینہ ہے ہر وقت میرے دل میں تصویر مدینہ ہے اول ہے تو ایسا جو میزان سے پہلے ہے اول ہے تو ایسا جو میزان سے پہلے ہے ہے بعد خدا لے کے انسان سے پہلے ہے سارے بولو حل پو تھوڑے جہ ہاں یا نبی یا نبی زندگی بڑی بڑی مہربانی میں بسم اللہ کراں شکر تو یہاں میں بولا زندگی کری سونا بولے ہو میں سارا تے راضی ہاں میں تہاڈے نال مکھدا یا نعت مکاں دے میں تے کوئی دسے نا داد کیویں ہوندی ہے میں جو ٹھڈا ٹھڈا جان کے کھانا تو زمین ملے دا وینا اللہ دا بندہ اساں تے تساں میلاد مصطفی ظہور محمد مصطفی مناونے انہاں نہیں مناونا جڑے نور ہی نہیں سمجھے دے امام دی قسم جا کے زندگی ہوئی بھائی ہائے دری سر چار ایک مہینے پاسے او بندہ جشن کیویں مناوے او بندہ میلاد مصطفی کیویں مناوے او بندہ ظہور کیویں مناوے سر چار ایک مہینے پاسے سنا بھائی سارے ورسے منافق ہے اور نعت کا منکر ہے نعت کا منکر جو اس ذات کا منکر نال تھی وہ زمین نہیں ملنی ہاں شاباش 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 جلدی بھائی زندہ باد بھائی ہائے دری سر چوڑی کھائے میرے پاسے سنا بھائی سارے ورسے منافق ہے اور نعت کا منکر ہے نعت کا منکر جو اس ذات کا منکر ہے یہ اپنے خباثت میں مروان سے پہلے ہے یہ اپنی خباثت میں مروان سے پہلے ہے لگتا ہے یہ ملا تو شیطان سے پہلے ہے ہاں اج بولتے میں پڑھانا کیا روحانیت ہے بھائی شاباش بھائی تبدیلی رکھو آؤ بھی تو کو قصیدے سناو میں کیا کہ حال پو کون آدھا بیٹھے تبدیلی والا بھائی ہاتھ کھڑا کر بھائی کیا کہ پڑھنا تبدیلی والا پکی گال ہے پڑھنا جیتا لکھنا ہے بولو پڑھا قصیدہ اللہ دا بندہ میری گال تا سن تو تا زمین ملے دا منہ جی میں فارسی پردہ کھڑا ہوں ماں میرا سفر ہی دیکھ اپنی چوپی دیکھ بانی دا خلوص ہی دیکھ اللہ اکبر یا رسول اللہ زندہ باد بھائی بہت خوب او بھائی جی کران جی کران جی ہاں
अच्छा अच्छा ठीक है जी। अच्छा मैं बिस्मिल्लाह करा, ठीक है सही, मजा ले सही, मजा ले सही, मजा ले सही। अच्छा भाई मेरी गाल सुन, खार पहले मैं इन्हां दे चेहरे देखण रहे भाई, इन्हां दे चेहरे ते तब्दीलियां ने, वत को तब्दीली गिना दे कमाल कमाल, माशाल्लाह 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 माशाल्लाह, अल्हम्दुलिल्लाह रब्बिल आलमीन। ओ भाई ओ भाई ओ मेरी गाल सुनो भाई, दुनियादार बंदे तब्दीलियां गिन के नहीं आंदे पीर जी, तब्दीली गिन के आ सकते हैं तो फकत 5 12 14, एक दफा तो सारे अलाप हो 5 12 14, इवें थोड़ा जा उच्चा बोलो 5 12 14। अच्छा मैं एक दुआ मंगदा, ठीक है ना, ए सारे मोमिन अपनी आमीन दी आवाज मेरे कन्ने तक तो पहुंचाओ जा, दुआ वड़ी, मेरा सोना अल्लाह वारिस हकीकी इमाम जमाना अलैहि सलाम दा हुने ज़हूर फरमाए। यार जिसे इमाम जमाना का इंतजार नहीं वो बंदा तो है बंदू में शुमार नहीं। अच्छा एक गाल का जवाब दो तो मैं मजल जन्नत बनावा, हूँ मैं जुड़ गई कसीदा ते, ए हूँ तो मैं मजमा कट्ठा करें दे रहा भाई, सैयदीन आके नहीं दबा लंबा सफर करके आए, छड़ा मिंबर को हाथ ला के लगा के, दुनियादार बंदे तब्दीलियां घिन के नहीं आ सकते। ओ मेरा वीर हूँ तब्दीली घिन के आ सकते तो 5 12 14, और याद रखे जड़ा इमामे जमाना अलैहि सलाम दा ज़हूर सी, मेरो देख मेरो देख मेरो देख, जड़ा इमामे जमाना अलैहि सलाम दा ज़हूर हो सी, पत्ते वाल क्या होने, आओ मैं तो दसावा। हो ये मंजर दुनिया को दिखलाया जाएगा, हर गासिब का खाता खुलवाया जाएगा, ये मंजर दुनिया को दिखलाया जाएगा, हर गासिब का खाता खुलवाया जाएगा, ये मंजर दुनिया को दिखलाया जाएगा, हर गासिब का खाता खुलवाया जाएगा, ये मंजर दुनिया को दिखलाया जाएगा, हर गासिब का खाता खुलवाया जाएगा, जब कायम के आगे सब लाया जाएगा, और फिदा के चोर कितना गिना है सैयदा मैं को, खाने वाल जिंदाबाद है भाई, हैदरी बल हैदरी, त्रीजा नारा हैदरी, बस त्राए ते बरेक ला दियो 5 हैदरी, पंजवा नारा हैदरी भाई, क्या बात है, मजमा जिंदाबाद है भाई। मेरी ही गल तुहाडे विच कोई होवेया जरा सा कहना ही दबा जग द पैगाम नवे ज वजीर आजम खान इमरान खान साहब तक पहुंचावे या तनाल तुम्हारी दादी हो गया। मैं सजो खान ते पहुंचे ना आके से यार जाकिर आदे तो ठीक है ना, इजे रेडे वडी दात पे हुंदे गलत कोई सच्ची है ना, सर चाहो केड़ा पैगाम है जरा खान साहब तक पहुंचावना चाहना, मैं तेरे चेहरे ने हाथ वेखना चाहना, कितने बुलंद होने, आओ सर चाहो केड़ा पैगाम है सुना भाई, जिस दिन आए वेंड में माता में जंजीर हो जिंदाबाद सुना भाई, माता में जंजीर हो तबका में असेंबली में मजले से शबीर, जब लंगर मशहद का बस खाया जाएगा, हर घर पे पाके अलम लहराया जाएगा। हाँ बाबा हाँ बाबा हाँ बाबा जिंदा मौला सियत रेवी इमाम जमाना शिफाए कुलियता फरमावे। ए तो मैं तो आपको करें दारियां काका चेक कसीदा मैं परसा हूं तुस आको से सुन सो हूं ते सलवा आते पढ़ो अल्लाहुम्मा सल्ले अला मुहम्मदिन व आले मुहम्मद। एक ऐलान करना है बानी दी हसीयत च मैं हाजिर होने वी माह रमजान चौथी चक पेरा मेरे पास शाह साहब हाजिर हैं मौला जिंदगी करें 5 दिसंबर इंशाल्लाह ताला मैं मजरा शुरू कर सा पीटोवार ते पीर होना दी सारे कुंता वड़े लोग इन पर देने सब ऐलान तक रहो के रहे 16 फरवरी 16 फरवरी जाए
ਇਨਸ਼ਾਅੱਲਾ ਤਾਲਾ ਪੀਰ ਹੋਣਕ ਨੂੰ ਬਾਣੀ ਦੀ ਹਸੀਅਤ ਬਲਕਿ ਉਹਨਾਂ ਦੀ ਨਹੀਂ ਸਾਰੀ ਆਪਣੀ ਮਜਲਿਸ ਇਨਸ਼ਾਅੱਲਾ ਤਾਲਾ ਜ਼ਰੂਰ ਹਾਜ਼ਰੀ ਹੋ ਸੀ ਅਤੇ ਮੌਲਾ ਇਹਨਾਂ ਦੀ ਜ਼ਿੰਦਗੀ ਕਰੇ ਮੁਲਕ ਪਾਕਿਸਤਾਨ ਦਾ ਹਰ ਜ਼ਾਕਿਰ ਹੋ ਸੀ ਜੀ ਬਿਸਮਿਲ ਕਹਿਣ ਦੀ ਜੋ ਨੀ ਨਿਭਦੀ ਹਾਂ ਚੰਗਾ ਕੀਤਾ ਵੇ ਨਾ ਹੱਲੇ ਵੇ ਹਾਂ ਹਾਂ ਬਈ ਤੱਲਕ ਉਹਨੇ ਵਾਸਤੇ ਉਹਨੇ ਹਰ ਬੰਦੇ ਦਾ ਆਪਣਾ ਆਪਣਾ ਮਿਆਰ ਹੈ ਵਜ਼ਨ ਹੈ ਮੌਲਾ ਜ਼ਿੰਦਗੀ ਕਰੇ ਆਬਾਦ ਸ਼ਾਦ ਰਹੋ ਹੁਣ ਕਸੀਦਾ ਮੈਂ ਪੜ੍ਹਨਾ ਚਾਹੁੰਦਾ ਬਜ਼ੁਰਗਾਂ ਵਾਲਾ ਹੈਂ ਇਹ ਐਸਾ ਬਜ਼ੁਰਗਾਂ ਵਾਲਾ ਕਸੀਦਾ ਹੈ ਠੀਕ ਹੈ ਨਾ ਜਿਹਦੇ ਜਵਾਨ ਹੀ ਬੁਲੇ ਨੇ ਬੁਢੜੇ ਤਾਂ ਖੈਰ ਜਵਾਨ ਥੀ ਵੇ ਨੇ ਜਵਾਨ ਚੌਖੇ ਬੁਲੇ ਨੇ ਅਸਾਂ ਤਾਂ ਤੁਸਾਂ ਇੱਕ ਸੌਦਾ ਕਰੂੰ ਸੌਦਾ ਅੱਲਾ ਕਰੇ ਸੀ ਤੋਂ ਅਖਬਾਰ ਹੈ ਚਾਸੀ ਕਿਹੜਾ ਸੌਦਾ ਜਿਤਨੀ ਬਲੰਦ ਸਲਵਾਤ ਉਤਨਾ ਉੱਚਾ ਕਸੀਦਾ ਸਾਊਂਡ ਵਾਲਾ ਕਿਵੇਂ ਥੋੜ੍ਹਾ ਜਿਹਾ ਉੱਚਾ ਆਵਾਜ਼ ਕਰ ਚਾ ਬਾਈ ਸਲਵਾਤ ਤੁਸਾਂ ਸੋਹਣੀ ਪੜ੍ਹੀਏ ਕੋਈ ਸ਼ੱਕ ਕੋਈ ਨਹੀਂ ਕਿਉਂਕਿ ਕਸੀਦਾ ਥੋੜ੍ਹਾ ਉਚੇੜਾ ਹੈ ਇਵੇਂ ਥੋੜ੍ਹੀ ਜਿਹੀ ਇਵੇਂ ਇਵੇਂ ਹਾਂ ਥੋੜ੍ਹਾ ਜਿਹਾ ਮਿਆਰ ਵਧਾਓ ਚਾ ਬਾਬਾ ਦੇ ਬਲੰਦ ਸਲਵਾਤ ਪੜ੍ਹੋ ਚਾ ਠੀਕ ਹੈ ਜੀ ਸਾਉਂਡ ਚੰਗਾ ਹੋਇਆ ਤਾਂ ਬੰਦੇ ਦਾ ਰੂਹ ਆ ਜਾਏ ਅੱਛਾ ਬੈਠੇ ਹੋ ਜਾਂ ਲੱਗੇ ਗਏ ਹੋ ਅੱਛਾ ਬੈਠੇ ਹੋ ਇਹ ਜੋ ਕਰ ਗਏ ਮੈਂ ਕਿ ਗਾਜ਼ੀ ਖੈਰ ਕਰੇ ਹਾਂ ਬਾਤ ਹੈ ਯਾਰ ਤੂੰ ਸਾਡਾ ਮਜਲੇ ਜੰਨਤ ਬਣਾ ਛੋੜੀਏ ਅਲੀ ਦੁਸ਼ਮਣ ਮਰਨੀ ਕੋਈ ਹੋਵੇ ਆ ਜਿਹੜਾ ਬੋਲਿਆ ਨਾਰਾਇਆ ਹੈਦਰੀ ਮਜਮੇ ਵੱਡਾ ਏ ਕਸੀਦੇ ਵੱਡਾ ਪਰਦਾ ਪਿਆ ਹੇ ਹਰ ਇੱਕ ਜ਼ਮਾਨਾ ਤੁਹਾਡੇ ਤੂੰ ਮਾਲੂਮ ਥੀਂਦਾ ਮੈਂ ਕੋ ਪੁੱਛਣ ਆ ਬੈਠੇ ਹੋ ਵੱਲੀ ਥੱਕੀ ਹੋਈ ਆਈ ਸੋੜੀਆਂ ਗਲੀਆਂ ਦੀ ਤੇ ਜੱਡਾਂ ਗਾਜ਼ੀ ਦੀ ਆਈ ਆਇਆ ਮਸ਼ੀਰੇ ਰਹੀਏ ਪੁੱਛਦੀ ਆ ਕੇ ਓਏ ਘਰ ਬਲ ਵਿੱਚ ਵੋਈ ਆ ਅਕਬਰ ਦੀ ਜਾ ਮੈਂ ਨੌਕਰ ਮੇਰੀ ਮਜਾਲ ਲੱਖ ਦਫਾ ਦਾਰਾ ਸਮੇਂ ਕੁ ਯਾਦ ਮੁਰਸ਼ਦ ਇਹ ਮੈਂ 2008-09 ਦੇ ਵਿੱਚ ਬੰਦ ਲਿਖਾ ਪੇਸ਼ੇ ਦੀ ਨਮਾਜ਼ ਆਈ ਮੈਂ ਪਤਾ ਮੈਂ ਮਸੱਲੇ 'ਤੇ ਬੈਠਾ ਮੈਂ ਬੰਦ ਲਿਖਾ ਲੇਕਿਨ ਮੈਂ ਬੰਦ ਪੜ੍ਹਦਾ ਰਿਹਾ ਇੱਕ ਦਫਾ ਮੈਂ ਸਿਆਲ ਮੋੜ ਪੜ੍ਹਦਾ ਪਿਆ ਵੀ ਅਤੇ ਇੱਕ ਸੈਦ ਉੱਠੇ ਮਾਤਮ ਕਰੇਂਦਾ ਹੋਏ ਮੈਂ ਕਹਦੇ ਜੱਗ ਸਾਹਿਬ ਜਿਵੇਂ ਮੈਂ ਆਖਾਂ ਉਵੇਂ ਪੜ੍ਹਸੀ ਪੜ੍ਹੇ ਜ਼ਰੂਰ ਪੂਰੇ ਮੁਲਕ 'ਚ ਪੜ੍ਹੇ ਮਤਲਬ ਕੋਈ ਗਰੀਬ ਬਣ ਕੇ ਆਏ ਕਰੇਂਦਾ
ਮੈਂ ਕਿ ਸੈਦ ਕੇ ਪਣਾ ਇੱਕੋ ਦਫਾ ਮੈਂ ਰੁੜਕਾ ਮੈਂ ਕਿ ਸੈਦ ਕਿਵੇਂ ਪਣਾ ਮਾਤਮ ਕਰਕੇ ਤੇ ਇੰਜ ਪੜਿਆ ਕਰ ਵੱਲੀ ਆਈ ਆਈ ਲੁੱਟੀ ਹੋਈ ਰੱਬ ਦੇ ਡਾਕੂਆਂ ਦੀ ਤੁਹਾਡੀ ਹੈ ਨੀ ਨਿਕਲੀ ਯਾਰ ਤੇ ਜਦੀ ਦੀ ਹਮਸ਼ੀਰ ਹੋ ਰਹੀ ਹੈ ਪੁੱਛਦੀ ਆ ਕੇ ਘਰ ਵੱਲ ਵਿੱਚ ਵੋਈ ਆ ਅਕਬਰ ਦੀ ਇਹ ਤੁਹਾਡਾ ਮਿਆਰ ਹੈ ਹੁਣ ਰੁਣੇ ਵੇ ਹੁਣ ਰੁਣੇ ਮੇਰੀ ਮਜਾਲ ਬਈ ਮੈਂ ਲੱਖ ਦਬਾ ਮੇਰੀ ਬਿਸਮਿਲਾ ਅੱਛਾ ਬਾਬਾ ਅੱਛਾ ਬਾਬਾ ਮੈਂ ਕਹੂੰ ਜਾਤੇ ਅੱਜ ਖਿਲ ਜਲੋ ਜੇ ਤਲ ਤਮਾਵੀਰ ਸ਼ਬੀਰ ਉਹ ਵਾਂਜ ਦੱਸ ਅਬਾਸ ਕੁਆਏ ਜਾਬਰ ਵਾਲ ਆਈ ਵੀ ਭਾਈ ਆਦੇ ਉਜੜ ਕੇ ਬਲੀਆਂ ਮੋਗਾ ਹੀ ਮਜਲਿਸ ਇੱਕ ਵਹਿਣ ਮੁਰਸ਼ਦ ਇਹ ਦੇਖੋ ਘੜੀਆਂ ਤੇ ਦੋ ਮਿੰਟ ਜਾਂ ਢਾਈ ਮਿੰਟ ਮੈਂ ਪੀਰ ਕੋ ਢੇਰ ਵੀ ਲੈਣੇ ਆ ਮਾਜ਼ਰਤ ਨਾਲ ਇੱਥੇ ਮੈਂਬਰ ਛੁੜਿਆ ਪੀ ਅਜ਼ਾਦਾਰ ਸਈਆ ਦੇ ਬਈ ਇੱਕ ਦਫਾ ਝੋਲੀ ਫੈਲੇ ਦੇਵੇ ਸਾਰੇ ਫੈਲਾਓ ਚ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਮੁਰਸ਼ਦਾਦੀਆਂ ਇਹ ਮੈਂ ਇਮਾਮ ਹੁਸੈਨ ਅਲੈਹ ਸਲਾਮ ਦੀ 4 ਸਾਲਾਂ ਦੀ ਜ਼ਾਇਫਾ ਧੀ ਦਾ ਇੱਕ ਵਹਿਣ ਪੜਨਾ ਅਮੀਰ ਘਰ ਦੀਆਂ ਬੈਠੀਆਂ ਉਸ ਅਮੀਰ ਬਣ ਕੇ ਨਾ ਰੁਵਾਏ ਹੁਸੈਨ ਦੀ ਧੀ ਕੋ ਗਰੀਬ ਬਣ ਕੇ ਰੁਵਾਏ ਚਾਹ ਜ਼ਿੰਦਗੀ ਦਾ ਪਤਾ ਕੋਈ ਨਹੀਂ ਪਤਾ ਨਹੀਂ ਕਿਵੇਂ ਦੀ ਜ਼ਿੰਦਗੀ ਦੀ ਆਖਰੀ ਮਜਲਿਸ ਹੋਵੇ ਇਹ ਤੁਹਾਡੇ 'ਚੋਂ ਕਿਤਨੇ ਮੋਮਿਨ ਨੇ ਜਿਹੜੇ ਬਾਕੀ ਸਿਰਫ 2 ਮਿੰਟ ਸੈਦਾਂ ਦੀ ਗੁਰਬਤ ਸੁਣ ਸੋ ਇੱਕੋ ਦਫ਼ਾ ਪੂਰਾ ਮਜਮਾ ਸਾਰ ਚਾਹ ਕੇ ਮੇਰੇ ਉਡੇ ਕੇ ਡੂ ਵਹਿਣ ਪਣਾ ਤਾਂ ਮੈਂਬਰ ਚੁਣੇ ਨਾ ਮੈਂ ਤਾਕੂ ਅਲੀ ਦੀ ਧੀ ਦਾ ਨੁਕਸਾਨ ਗਿੜਵਾਵਾਂ ਗਿੜਵਾਵਾਂ ਮੇਰੇ ਪੀਰ ਇੱਕੋ ਦਫ਼ਾ ਮੇਰੇ ਆਓ ਮੈਂ ਤਾਕੂ ਪਹਿਲਾਂ ਨੁਕਸਾਨ ਹੈ ਉਹ ਮੇਰਾ ਅੱਲਾ ਪਹਿਲਾਂ ਨੁਕਸਾਨ ਸੁਣੋ ਇਹ 53 ਚੁਤਰਾ ਮਹਮਲ ਜਿਵੇਂ ਤੁਸਾਂ ਹੈ ਕੀਤੀ ਨਹੀਂ ਮੈਂ ਪਿਛਲਾ ਨਹੀਂ ਕੀਤੀ ਹੈ ਕਰਨ ਵਾਲੇ ਕੋਈ ਬੰਦੇ ਥੱਕਦੇ ਰਹਿੰਦੇ ਹਨ ਅੱਛਾ 53 ਚੋਂ ਮੈਂ ਹੁਣੇ ਮੈਂਬਰ ਛੁੜੇ ਦਾ ਪਿਆ ਬੁਲੇ ਦੇ ਕਿਉਂ ਨਹੀਂ 53 ਚੋਂ ਇਹ 3 ਮਹਮਲ ਅਤੇ 122 ਮਜ਼ਦੂਰਾਂ ਦੇ ਵਿੱਚੋਂ ਸਿਰਫ 12 ਬੀਬੀਆਂ ਹਾਏ ਮੈਂ ਸਦਕੇ ਥੀ ਮੇਰੇ ਸਾਹਮਣੇ ਨਿੱਕੇ ਨਿੱਕੇ ਬਾਲ ਰੋਂਦੇ ਬੈਠਣ ਪਿਓ ਮਾ ਦੀ ਗੋਦ ਦਾ ਸਾਰੇ ਮੈਂ ਲੱਖ ਦਫਾ ਬਾਬਾ 53 ਮਹਮਲ 122 ਮਜ਼ਦੂਰਾਂ ਦੇ ਵਿੱਚ 12 ਬੀਬੀਆਂ 84 ਯਤੀਮਾਂ ਦੇ ਵਿੱਚੋਂ ਸਿਰਫ 9 ਬਾਲ ਅੱਛਾ ਬਲਾ ਕੇ ਨਾ ਇਹ ਜੇਰ ਵੇਲੇ ਕਾਫਲਾ ਵੱਲਣ ਲੱਗਿਆ ਨਾ 3 ਮਹਮਲਾਂ ਦਾ ਸਦਕੇ ਥੀ ਵਾਂ ਤੇ ਅਹਿਲੀ ਅਸਗਰ ਦੀ ਮਾਂ ਧੁੱਪਾਂ ਤੇ ਜੀਵਨ ਵਾਲੀ ਬੀਬੀ ਉਹ ਵਾਲੀ ਪਹਿਲੇ ਮੇਰਾ ਦਿਲ ਹੀ ਮੈਂ ਤੱਕ ਬੀਬੀ ਰਬਾਬ ਸੁਣਵੇ ਸਾਂ ਕਿਉਂਕਿ ਕੱਲ੍ਹ ਬੀਬੀ ਦੀ ਸ਼ਹਾਦਤ ਗੁਜ਼ਰੀ ਹੈ ਵਾਲੀ ਮੈਂ ਦਿਲ ਬਣ ਗਏ ਲੰਬਾ ਨਾ ਥੀ ਵਾਂ ਪੀਰ ਦੀ ਵਜ੍ਹਾ ਤੋਂ ਸਾਰਾ ਛੋੜੀ ਤਮਸ ਹੈ ਇਹ ਤੱਕ ਦੁੱਖਾ ਜਿਹਾ ਵਹਿਣ ਸੁਣਾਵਾਂ ਇਹ ਵਹਿਣ ਹੀ ਵੱਡਾ ਦੁੱਖ ਹੈ ਸਦਕੇ ਥੀ ਵਾਂ ਅੱਛਾ ਜਾਂ ਵੱਲਣ ਲੱਗਿਆ ਨਾ ਮਹਮਲ ਦੇ ਵਿੱਚ ਰੁਣੀ ਆਲੀ ਅਸਗਰ ਦੀ ਮਾਂ ਉੱਚੀ ਰੁਣੀ ਰੋ ਕਹਿ ਦੇ ਮਹਾਰੀ ਰਾਤ ਰੋਵਣ ਵਾਲਾ ਬਛੜਾ ਘਰ ਬਲਾ ਜੋ ਵੱਲਾ ਵਹਿਣਾ ਕੋਈ ਹੋਰ ਆਹ ਕੋਈ ਨਹੀਂ ਜਿਹੜਾ ਮੇਰੀ ਧੀ ਦੀ ਕਬਰ ਤੇ ਵਹਿੰਦਾ ਸਜਾ ਜੀਂਦਾ ਕੋ ਜੀਂਦੇ ਪਿਲ ਸੇ ਮੇਰਾ ਦਿਲ ਲਈ ਮੈਂ ਧੀ ਦਾ ਸਲਾਮ ਕੀਤੀ ਵਜੋ ਅੱਛਾ ਮਾਂ ਤੂੰ ਰੋ ਨਹੀਂ ਨਾ ਅੰਮਾ ਨਾ ਰੋ ਨਾ ਰੋ ਅੰਮਾ ਆ ਮੈਂ ਤੱਕ ਹਿੰਜੁਲਦਾ ਗਰੀਬਾਂ ਦੇ ਕਬਰਿਸਤਾਨ ਦੇ ਵਿੱਚ ਆਏ ਮਹਮਲ ਬੈਠੇ ਤਾਂ ਹੀ ਲਹਿ ਪਈਆਂ ਨਾ ਬੈਠੇ ਤਾਂ ਹੀ ਤੁਸਾਂ ਰਹੇ ਪਿੱਛਾ ਰਹਿ ਗਏ ਤੁਹਾਨੂੰ ਬੱਤੇ ਨਹੀਂ ਲਗਾ ਮੈਂ ਕਿਹਾ ਕਿ ਮਹਮਲ ਬੈਠੇ ਤਾਂ ਹੀ ਲੱਥੀਆਂ ਨਾ ਹੀ ਬੈਠੇ ਤਾਂ ਹੀ ਲਹਿ ਪਈਆਂ ਆਓ ਮੇਰੇ ਦੇਖੋ ਇਹ ਥੋੜ੍ਹਾ ਨਕਸ਼ਾ ਬਣਾਓ ਜਿਹੜੇ ਜ਼ਵਾਰ ਬੈਠੇ ਸ਼ਾਮ ਦੇ ਨਾ ਤੁਸਾਂ ਨਕਸ਼ਾ ਬਣਾਏ ਪੀਰ ਹੋਣੀ ਤਾਂ ਸਾਲਾਰ ਹਨ ਮੈਂ ਸਦਕੇ ਥੀ ਵਾਂ ਅਸਾਂ ਜਿਹੜਾ ਗਏ ਨਾ ਸ਼ਾਮ ਅਸਾਂ ਸਭ ਤੋਂ ਢੇਰ ਰੁਨੇ ਹੁਸੈਨ ਦੀ ਧੀ ਕੁਆਰ ਗੁਰਬਤ ਹੈ ਹੁਣ ਵੀ ਮੈਂ ਸਦਕੇ ਥੀ ਵਾਂ ਗੁਰਬਤ ਹੈ ਆਓ ਮੇਰੇ ਦੇਖਾਏ ਅੱਲਾ ਦੀ ਕਸਮ ਢੇਰ ਸਾਰੀਆਂ ਗਾਲਬਨ 11 ਸੀੜੀਆਂ ਝਿੱਕੀਆਂ ਬੀਬੀ ਦੀ ਮਜ਼ਾਰ ਜੀ ਬਿਸਮਿਲਾ ਕਰਾਂ ਅਸਾਂ ਅੱਲਾ ਦੀ ਕਸਮ ਇਹ ਜ਼ਵਾਰਾਂ ਕੁੱਥੋਂ ਚਾਹ ਚਾਹ ਕੇ ਕੱਢਾ ਹੈ ਬਰਦਾਸ਼ਤ ਹੀ ਕੋਈ ਨਹੀਂ ਆਓ ਮੇਰੇ ਦੇਖੋ ਇੱਕੋ ਦਫਾ ਨਕਸ਼ਾ ਬਣਾਓ ਚਾਹਨਾ ਮੈਂ ਕੋ ਬਣਾ ਨੇ ਮੇਰਾ ਵੀਰੋਨ ਇਹ ਇਵੇਂ ਸਮਝੋ ਬਈ ਹੁਸੈਨ ਅਲੈਹਿ ਸਲਾਮ ਦੀ ਧੀ ਦੀ ਕਬਰ ਹੈ ਇਹ ਠੀਕ ਹੈ ਨਾ ਹਾਜ਼ਰ ਹੋ ਨਾ ਜਨਾਬ ਸਜਾਦ ਨੇ ਇਹ ਡੂਹਤ ਕਿਉਂਕਿ ਹੁਣ ਆਜ਼ਾਦ ਹੈ ਜ਼ੇਵਰ ਤਾਂ ਲੈ ਕੇ ਨਾ ਇਹ ਹੱਥ ਜਨਾਬ ਸਜਾਦ ਨੇ ਮੈਂ ਭੈਣ ਦੀ ਕਬਰ 'ਤੇ ਰੱਖੇ 3 ਗੱਲਾਂ ਸੁਣੋ ਬੋਏ ਰੁਨਾ ਜਨਾਬ ਸਜਾਦ ਰੋਕਿਆ ਕਿਸ ਮਾਸੂਮਾਂ ਸਕੀਨਾ ਭੈਣ ਬਾਬੇ ਦੇ ਸੀਨੇ 'ਤੇ ਸੰਮਣ ਵਾਲੀ ਮੇਰੀ 4 ਸਾਲਾਂ ਦੀ ਬੁਰੜੀ ਭੈਣ ਤੂੰ ਰੋਜ਼ ਆਦੀ ਆਵੇਂ ਨਾ ਤੁਹਾਡੀਆਂ ਕਹਿਦਾਂ ਕੰਨਾਂ ਛੁੱਟ ਸੈਨ
جناب سجا دے آوازاں دے قبر تو باہر سارے قیداں چھٹ گئیاں اساں وطن ولے وینے ہیں تو ہی سونا رونے حسین دی قبر چ رونی ہے روکے آ دے سجاد بھیرا پیا وطن وینا ہے میری تربت ویر مٹائی وان مت شامی لٹان والا آیا سجاد بھیرا پیا وطن وینا ہے میری تربت ویر مٹائی مت شامی لٹان والا آیا سجاد بھیرا پیا وطن وینا ہے میری تربت ویر مٹائی مت شامی لٹان والا آیا جناب سجاد رونے میں کہ آخ جناب سجاد اللہ پو جناب سجاد رونے تو چپ کر گئے پانی رات رونے رو کیا دے اما اما رباب مینو اجازت دے جڈاں دی میری بھین موئے میری بھین دی قبر تے کہ چراغ نہیں بول میں کوئی اجازت رے میں بھین دی قبر تے چراغ بلے نہ اجازت ملی ہے جناب سجاد چراغ بالے بی بی دی مزار ہل گئی ہے قبر چ رونی ہے رو کیا دے وہ میں ڈر رات روان والا بھیرا او میں جلدی گا مانگا ڈٹھیے اتوی اللہ مان اچھا میں بسم اللہ یا شام غریباں دی اگ دی جو ڈری ہوئی ہے رو کے آ کے عابد بھیرا وا میں کو عابد با تو ڈر لگدا ہے میں کو عابد با رومڑے میں بسم اللہ کرو مک گئی مجلس جیرا وین میں پڑھنے او وین ہونے تے بڑا دکھا جوین میں بسم اللہ کروں قیامت دا ویلا رو کے دے مسوما سارا سلام ہووی بی بی دی قبر ہلی ہے بی بی دی آواز آئی آئی ہونے ہیں تے جلدی کی ہوئی روکے آدھے بھائیں میڈیاں پھوپیاں بھرادہ چہلم کرن آئی تا ساویں دے پائیں فرمائے میں سجادہ دا پیاں میں وقت شام والا سا جڑا شام والا دا نام ہے بی بی مسومہ قبر چرونی روکے دے سجاد بھرا بابے دگا دل چن ویرا مت تے کو وی کر کتا لڈ وینا بابے دگا دل چن ویرا مت تے کو وی کر کتا لڈ وینا میں کو شام چ ملان نہ والی آویں میں کو شام ایک دفعہ ماتم کرو چا سارے حسین دی دھی دا ماتم ہے سارے ملان نہ والی آویں گل آخر کبار کو لائی وان مت شامی لٹان والا یا من سجاد بھرا او بابا